ਮੈਂ ਚਰਨਜੀਤ ਨਾਰ ਪਿੰਡ ਸਾਂਧਾਂ ਤੋਂ। ਅਸੀਂ ਪਿਛਲੇ ਕੁਝ 10 ਕੁ ਦਿਨਾਂ ਦੇ ਉੱਤੋਂ ਬਹੁਤ ਪਰੇਸ਼ਾਨ ਹਾਂ ਸਾਰਾ। ਸਾਡੇ 2 ਪਿੰਡ ਲੱਗਦੇ ਇਸ ਟੈਂਕੀ ਨੂੰ, ਜਿਸ ਦੀ ਮੋਟਰ ਖਰਾਬ ਹੋਈ ਸੀ ਔਰ ਮਹਿਕਮੇ ਨੂੰ ਅਸੀਂ ਵਾਰ ਵਾਰ ਅਪੀਲ ਕੀਤੀ, ਲੇਕਿਨ ਉਹ ਕਹਿੰਦੇ ਸਾਡੇ ਕੋਲ ਫੰਡ ਨਹੀਂ ਹੈਗਾ। BDO ਸਾਹਿਬ ਨੂੰ ਕਿਹਾ, ਉਹ ਕਹਿੰਦੇ ਮੇਰੇ ਕੋਲ ਅਖਤਿਆਰ ਨਹੀਂ ਹੈਗਾ ਫੰਡ ਦਾ। ਇਸ ਕਰਕੇ ਅਸੀਂ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਲੋਕ ਬਹੁਤ ਪਰੇਸ਼ਾਨ ਨੇ ਔਰ ਲੋਕਾਂ ਨੂੰ ਪਾਣੀ ਦੀ ਜਿਹੜੀ ਪਾਣੀ ਗੰਦਲਾ ਪੀ ਕੇ ਲੋਕ ਬਿਮਾਰ ਹੋ ਰਹੇ ਨੇ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਲਦ ਤੋਂ ਜਲਦ ਸਾਨੂੰ ਇਸ ਦਾ ਹੱਲ ਕਰਕੇ ਦਿੱਤਾ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਾਂਗੇ। ਬਲਵਿੰਦਰ ਸਿੰਘ, ਪਿੰਡ ਬਾਊਪੁਰ। ਸਾਡਾ ਜਿਹੜਾ ਪਿੰਡ ਹੈ ਉਹ ਟੈਂਕੀ ਤੋਂ ਪਾਣੀ ਇੱਥੇ ਸਾਂਧਾਂ ਤੋਂ ਹੀ ਜਾਂਦਾ, ਲਗਭਗ 3 ਪਿੰਡਾਂ ਨੂੰ ਜਾਂਦਾ। 10 ਦਿਨਾਂ ਤੋਂ ਇੰਨਾ ਪਾਣੀ ਦਾ ਬੁਰਾ ਹਾਲ ਹੈ, ਮੋਟਰ ਸੜੀ ਪਈ ਹੈ, ਕੋਈ ਵੀ ਮਹਿਕਮਾ ਸਾਡੀ ਸਾਰ ਨਹੀਂ ਲੈ ਰਿਹਾ। SDM ਕੋਲ ਜਾਂਦੇ ਤਾਂ ਉਹ ਕਹਿੰਦੇ ਜਲ ਸਪਲਾਈ ਕੋਲ ਜਾਓ, ਉਹਨਾਂ ਕੋਲ ਜਾਂਦੇ ਹਾਂ ਉਹ ਸਾਨੂੰ ਲੱਭਦੇ ਨਹੀਂ। BDO ਕੋਲ ਜਾਂਦੇ ਕਹਿੰਦੇ ਮੈਂ ਨਹੀਂ ਕਰ ਸਕਦਾ। ਤਾਂ ਇਸ ਕਰਕੇ ਜਿਹੜਾ ਪਿੰਡ ਦੇ ਵਿੱਚ ਇਹਨਾਂ 3 ਪਿੰਡਾਂ ਦੇ ਵਿੱਚ ਪਾਣੀ ਜਿਹੜਾ ਬਹੁਤ ਗੰਦਾ ਪਾਣੀ ਹੈ, ਜਿਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਫੈਲਣ ਦਾ ਡਰ ਹੈ। ਮੈਂ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਦਾ, ਨਾਲ ਚੇਤਾਵਨੀ ਵੀ ਦਿੰਦਾ ਕਿ ਜੇ ਇਹ ਸਾਡਾ ਜਿਹੜਾ ਮਸਲਾ ਹੱਲ ਨਹੀਂ ਕੀਤਾ ਗਿਆ ਤਾਂ ਲੋਕ ਬਿਮਾਰ ਹੋ ਗਏ, ਤਾਂ ਅਸੀਂ ਫਿਰ ਇਹਦਾ ਜਿਹੜਾ ਜ਼ਿੰਮੇਵਾਰ ਉਹ ਪ੍ਰਸ਼ਾਸਨ ਹੋਏਗਾ। ਤਾਂ ਅਸੀਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹ ਮੋਟਰ ਜਿਹੜੀ ਜਲਦੀ ਚਾਲੂ ਕਰਕੇ ਅਤੇ ਇਹ ਪਾਣੀ ਦੀ ਸਪਲਾਈ ਨਿਰਵਿਘਨ ਦੁਬਾਰਾ ਚਾਲੂ ਕੀਤੀ ਜਾਵੇ।